अस्सलाम वालेकुम ते सत श्री अकाल, की हाल चाल चांदा? ठीक मैडम, तुसी सुनाओ? मैं ठीक अलहमदुलिल्लाह। ते किदा साडी संगत? ते अज वेख रहे हैं कोई वीडियो, एक वीरे ने भेजी है, उन्होंने कहा जी वीडियो वेखो। ते वीडियो दा टाइटल ते गुरमुखी च है, ते कैनेडा ते इंडिया दे बारे च ही है कोई वीडियो ना। ते वीडियो वेखदे हैं आपां शांजा, फिर इस बारे च कुछ गलबात करते हैं। मैनूं लगदा कैनेडा दे विच जिवें ना अपने पंजाबी भरा बहुत ने, ਉਹਨਾਂ ਦੇ ਬਾਰੇ 'ਚ ਹੀ ਹੋਏਗੀ। ਇਹ ਖਬਰ ਸਵੇਰੇ ਸੋਸ਼ਲ ਮੀਡੀਆ 'ਤੇ ਦੇਖੀ ਅਤੇ ਮੈਨੂੰ ਬਹੁਤ ਦੁੱਖ ਲੱਗਿਆ। ਮੇਰੇ ਨਾ ਅੰਤਰ ਜਿੱਦਾਂ ਆਪਾਂ ਕਹਿੰਦੇ ਕਰੰਟ ਜਿਹਾ ਵੱਜ ਗਿਆ ਲੋਕ ਜਾ ਕੇ, ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹਦੇ 'ਚ ਆਮ ਪਬਲਿਕ ਦਾ। ਕੈਨੇਡਾ ਦੇ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਇਹਨਾਂ ਲੋਕਾਂ ਨੂੰ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਦੇ ਤਾਜ਼ਾ ਫੈਸਲਿਆਂ ਨੇ ਫਿਕਰ ਵਿੱਚ ਪਾ ਦਿੱਤਾ। ਭਾਰਤ ਅਤੇ ਕੈਨੇਡਾ ਦੋਵਾਂ ਨੇ ਸੋਮਵਾਰ ਨੂੰ ਇੱਕ ਦੂਜੇ ਦੇ ਕੂਟਨੀਤਿਕਾਂ ਨੂੰ ਮੁਲਕ ਛੱਡਣ ਲਈ ਕਹਿ ਦਿੱਤਾ ਹੈ। ਇਹ ਕਾਰਵਾਈ ਦਾ ਅਸਰ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਅਤੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਉੱਤੇ ਪੈਣਾ ਵੀ ਤੈਅ। ਕੈਨੇਡਾ ਵਿੱਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਕੈਨੇਡਾ ਸਰਕਾਰ ਖਿਲਾਫ਼ ਪੱਕਾ ਧਰਨਾ ਲਾ ਕੇ ਬੈਠੇ ਬਿਕਰਮ ਸਿੰਘ ਕਹਿੰਦੇ ਹਨ ਕਿ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਆਪੋ ਆਪਣੇ ਸਿਆਸੀ ਹਿੱਤ ਹਨ। 25 ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਕਰਮਜੀਤ ਸਿੰਘ ਗਿੱਲ ਦਾ ਵੀ ਇਹ ਮੰਨਣਾ ਹੈ ਕਿ ਦੋਵਾਂ ਮੁਲਕਾਂ ਵੱਲੋਂ ਲਏ ਜਾ ਰਹੇ ਫੈਸਲਿਆਂ ਦਾ ਖਾਮਿਆਜ਼ਾ ਨਾ ਸਿਰਫ ਵਿਦਿਆਰਥੀ ਸਗੋਂ ਆਮ ਜਨਤਾ ਨੂੰ ਭੁਗਤਣਾ ਪਵੇਗਾ। ਬਿਲਕੁਲ, ਜਿਹੜੇ ਇੰਡੀਅਨ ਸਰਕਾਰ ਹੈਗੀ ਆ ਉਹਦੇ ਆਪਣੇ ਰਾਜਨੀਤਿਕ ਫਾਇਦੇ ਹੈਗੇ ਆ, ਕੈਨੇਡੀਅਨ ਸਰਕਾਰ ਦੇ ਇੱਥੇ ਵੀ ਅਗਲੇ ਸਾਲ ਇਲੈਕਸ਼ਨ ਆ, ਉਹਨਾਂ ਦੇ ਆਪਣੇ ਰਾਜਨੀਤਿਕ ਫਾਇਦੇ ਹੈਗੇ ਆ। ਇਸ ਕਰਕੇ ਦੋਨੇ ਸਰਕਾਰਾਂ ਦੇ ਆਪੋ ਆਪਣੇ ਹਿੱਤ ਵਾ, ਪਰ ਇਸ ਲੜਾਈ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੀ ਹੁੰਦਾ। ਉਹਦਾ ਕਾਰਨ ਇਹ ਆ, ਉਹਦੇ ਪ੍ਰਭਾਵ ਕੀ ਪੈ ਸਕਦੇ ਆ? ਦੇਖੋ ਲੋਕਾਂ ਨੇ ਲਗਾਤਾਰ ਹੁਣ ਜਿਵੇਂ ਇਹਨਾਂ ਆਹ ਵਿਆਹ ਸ਼ਾਦੀ ਦਾ ਸੀਜ਼ਨ ਹੈਗਾ, ਲਗਾਤਾਰ ਭਾਰਤ ਜਿਹੜੇ ਪੰਜਾਬੀ ਕੈਨੇਡੀਅਨ ਹੈਗੇ ਆ ਉਹਨਾਂ ਨੇ ਜਾਣਾ ਹੁੰਦਾ ਆ, ਉਹਨਾਂ ਨੂੰ ਹੋ ਸਕਦਾ ਏਅਰਪੋਰਟਾਂ ਦੇ ਉੱਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇ, ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਆ। ਜਿਹੜੇ ਅਸੀਂ ਲੋਕ ਅਸੀਂ ਇੰਡੀਆ 'ਚ ਜੰਮੇ ਪਲੇ ਆ, ਉਹ ਸਾਡੀ ਜਨਮ ਭੂਮੀ ਆ, ਇਹ ਸਾਡੀ ਕਰਮ ਭੂਮੀ ਆ, ਜਿਹਨੇ ਸਾਨੂੰ ਵਧੀਆ ਜ਼ਿੰਦਗੀ ਦਿੱਤੀ ਆ, ਅਸੀਂ ਦੋਨਾਂ ਨੂੰ ਇੱਕੋ ਜਿਹਾ ਪਿਆਰ ਕਰਦੇ ਹਾਂ। ਸਾਡੀ ਹਾਲਤ ਉਸ ਔਰਤ ਵਰਗੀ ਹੈ ਜਿਹੜੀ ਮਤਲਬ ਨਾ ਪੇਕਿਆਂ ਨੂੰ ਛੱਡ ਸਕਦੀ ਅਤੇ ਨਾ ਸਹੁਰਿਆਂ ਨੂੰ ਛੱਡ ਸਕਦੀ। ਉਹਦੇ ਪੇਕਿਆਂ 'ਚ ਕੋਈ ਤੱਤੀ ਹਵਾ ਆਉਂਦੀ ਆ ਉਹਨੂੰ ਵੀ ਦੁੱਖ ਲੱਗਦਾ, ਜੇ ਸਹੁਰੇ 'ਚ ਆਉਂਦੀ ਆ ਉਹ ਵੀ ਦੁੱਖ ਲੱਗਦਾ। ਸਾਡੀ ਉਸ ਤਰੀਕੇ ਨਾਲ ਸੋਚਦੇ ਹਾਂ ਕਿ ਇਹਦਾ ਬਹੁਤ ਜ਼ਿਆਦਾ ਅਸਰ ਸਾਰੇ ਲੋਕਾਂ 'ਤੇ ਪਏਗਾ, ਖਾਸ ਕਰਕੇ ਉਹ ਲੋਕ ਜਿਹੜੇ ਇੰਡੀਆ ਨਾਲ ਜੁੜੇ ਹੋਏ ਨੇ, ਇੱਥੇ ਜਾਂਦੇ ਆਉਂਦੇ ਆ ਅਤੇ ਜਾਂ ਜਿਹੜੇ ਇੰਡੀਆ ਤੋਂ ਇੱਧਰ ਆਉਣਾ ਚਾਹੁੰਦੇ ਆ ਉਹਨਾਂ 'ਤੇ ਬਹੁਤ ਜ਼ਿਆਦਾ ਇਹਦਾ ਸਿੱਧਾ ਅਸਰ ਪਾਉਂਦਾ। ਅਸੀਂ ਜੀ ਦੋਨਾਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਿੰਨੇ ਅਸੀਂ ਲੋਕ ਬਾਹਰ ਬੈਠੇ ਹਾਂ ਅਸੀਂ ਇਮੋਸ਼ਨਲੀ ਬਹੁਤ ਜੁੜੇ ਹੋਏ ਹਾਂ ਉੱਥੇ ਨਾਲ, ਅਸੀਂ ਸਾਡੇ ਰਿਸ਼ਤੇ ਨੇ ਉੱਥੇ, ਸਾਡੀਆਂ ਜੜ੍ਹਾਂ ਉੱਥੇ ਨੇ। ਅਸੀਂ ਚਾਹੁੰਦੇ ਹਾਂ ਵੀ ਅਸੀਂ ਉੱਥੇ ਜਾਈਏ ਆਈਏ ਜਿੱਦਾਂ ਅਸੀਂ ਨੋਰਮਲੀ ਜਾਂਦੇ ਸੀ। ਹੁਣ ਦੇਖੋ ਜੇ ਹਾਲਾਤ ਵਿਗੜਦੇ ਆ, ਕੱਲ੍ਹ ਨੂੰ ਕਿਸੇ ਨੇ ਕੋਈ ਡੈਥ ਹੁੰਦੀ ਹੈ, ਕਿਸੇ ਨੂੰ ਵੀਜ਼ਾ ਚਾਹੀਦਾ ਵੀ ਇੰਡੀਆ ਜਾਣਾ, ਉਹ ਨਹੀਂ ਜਾ ਸਕਦਾ, ਜਾਂ ਇੰਡੀਆ ਤੋਂ ਕਿਸੇ ਨੇ ਇੱਥੇ ਆਉਣਾ, ਇਮੀਡੀਏਟਲੀ ਕਿਸੇ ਨੂੰ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਕੋਈ ਵਿਆਹ ਸ਼ਾਦੀ 'ਚ ਆਉਣਾ ਜਾਣਾ, ਉਹ ਵੀ ਬਹੁਤ ਮੁਸ਼ਕਿਲ ਹੋਊਗਾ। ਇਸ ਕਰਕੇ ਬਹੁਤ ਜ਼ਿਆਦਾ ਅਸਰ ਪਊਗਾ ਇਹਦੇ ਉੱਪਰ ਸਾਰਿਆਂ ਦੇ ਉੱਪਰ। ਇਹ ਸਮਝਣ ਲਈ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਅਜਿਹੇ ਹਾਲਾਤ ਕਿਉਂ ਬਣ ਗਏ ਹਨ, ਇਸੇ ਲਈ BBC ਨੇ ਕੈਨੇਡਾ ਵਿੱਚ ਬੀਤੇ ਕਰੀਬ ਡੇਢ ਦਹਾਕੇ ਤੋਂ ਪੱਤਰਕਾਰੀ ਕਰ ਰਹੇ ਜਸਵੀਰ ਸਿੰਘ ਸ਼ਮੀਲ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਹਨ ਕਿ ਤਾਜ਼ਾ ਕਾਰਵਾਈ ਸਿਆਸੀ ਦਬਾਅ ਦਾ ਵੀ ਨਤੀਜਾ ਹੈ। ਫੋਰਨ ਇੰਟਰਫੀਰੈਂਸ ਨੂੰ ਲੈ ਕੇ ਕਮਿਸ਼ਨ ਬਣਿਆ ਹੋਇਆ, ਉਹਦੀ ਜਾਂਚ ਚੱਲ ਰਹੀ, ਪਬਲਿਕ ਇਨਕੁਆਇਰੀ, ਤੇ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਪੇਸ਼ ਹੋਣਾ, ਪ੍ਰਾਈਮ ਮਿਨਿਸਟਰ ਦੇ ਕੁਝ ਜਵਾਬ ਬਣੇ ਆ, ਪੋਲੀਟੀਕਲ ਇਸ਼ੂ ਹੈ, ਆਪੋਜੀਸ਼ਨ ਨੇ ਵੀ ਸਰਕਾਰ 'ਤੇ ਦਬਾਅ ਪਾਇਆ ਹੋਇਆ, ਸੋ ਇਸ ਕਰਕੇ ਸਰਕਾਰ ਦੇ ਉੱਤੇ ਦਬਾਅ ਵੀ ਹੈ ਕਿ ਕੋਈ ਕਾਰਵਾਈ ਕਰੇ। ਸੋ ਹੁਣ ਜਦੋਂ ਪ੍ਰਾਈਮ ਮਿਨਿਸਟਰ ਨੇ ਪੇਸ਼ ਹੋਣਾ ਤੇ ਉਸ ਤੋਂ ਪਹਿਲਾਂ ਮੈਂ ਸਮਝਦਾ ਕਿ ਕਿਹੋ ਜਿਹਾ ਮਾਹੌਲ ਬਣਿਆ ਹੋਇਆ, ਕਿਉਂਕਿ ਆਪੋਜੀਸ਼ਨ ਇਸ ਗੱਲ ਨੂੰ ਲੈ ਕੇ ਸਰਕਾਰ ਨੇ ਨੁਕਤਾਚੀ ਨਹੀਂ ਕਰਦੀ ਰਹੀ ਹੈ ਕਿ ਫੋਰਨ ਇੰਟਰਫੀਰੈਂਸ ਦੇ ਮੁੱਦੇ ਦੇ ਉੱਤੇ ਸਰਕਾਰ ਨਰਮ ਹੈ, ਕੋਈ ਕਾਰਵਾਈ ਨਹੀਂ ਕਰ ਰਹੀ। ਮੇਨਲੀ ਦੇ ਉੱਤੇ ਚਾਈਨਾ ਦੀ ਇੰਟਰਫੀਰੈਂਸ ਦਾ ਇਸ਼ੂ ਸੀਗਾ, ਪਰ ਫਿਰ ਬਾਅਦ ਵਿੱਚ ਹਰਦੀਪ ਨਿੱਜਰ ਦੇ ਮਰਡਰ ਤੋਂ ਬਾਅਦ ਇੰਡੀਆ ਦੀ ਇੰਟਰਫੀਰੈਂਸ ਦਾ ਵੀ ਆ ਗਿਆ। ਆਮ ਲੋਕ ਅਤੇ ਪੱਤਰਕਾਰ ਹੀ ਨਹੀਂ, ਬ੍ਰੈਂਪਟਨ ਵਿੱਚ ਲੰਬੇ ਸਮੇਂ ਤੋਂ ਵਕਾਲਤ ਕਰ ਰਹੇ ਅਤੇ ਸਮਾਜਿਕ ਕਾਰਕੁਨ ਹਰਮਿੰਦਰ ਢਿੱਲੋਂ ਦਾ ਵੀ ਮੰਨਣਾ ਹੈ ਕਿ ਟਰੂਡੋ ਅਤੇ ਮੋਦੀ ਸਰਕਾਰ ਦਾ ਇੱਕ ਦੂਜੇ ਬਾਰੇ ਪਹਿਲਾਂ ਤੋਂ ਹੀ ਤਲਖ ਰਵੱਈਆ ਰਿਹਾ ਅਤੇ ਤਾਜ਼ਾ ਘਟਨਾਕ੍ਰਮ ਦਾ ਅਸਰ ਪੰਜਾਬੀ ਲੋਕਾਂ ਉੱਤੇ ਵੱਧ ਪੈ ਸਕਦਾ ਹੈ। ਦੇਖੋ ਜੀ, ਪਿਛਲੀ ਵਾਰੀ ਜਦੋਂ ਹੋਏ ਸੀ ਤੇ ਹੁਣ ਵੀ ਜਦੋਂ ਹੋਏ ਆ, ਮੈਨੂੰ ਇਹੀ ਖਦਸ਼ਾ ਹੈ ਕਿ ਇਹਦਾ ਜਿਹੜਾ ਅਸਲ 'ਚ ਇਹਦੀ ਸਜ਼ਾ ਜਿਹੜੀ ਉਹ ਆਮ ਲੋਕਾਂ ਨੂੰ ਮਿਲਣੀ ਹੈ। ਵੀਜ਼ੇ ਬੰਦ ਹੋ ਜਾਣੇ ਆ, ਤੁਸੀਂ ਸਟਾਫ ਇੱਥੇ ਘਟਾ ਦਿੱਤਾ, ਉੱਥੇ ਦਿੱਲੀ ਘਟਾ ਦਿੱਤਾ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆਉਂਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ, ਉਹਨਾਂ ਦੇ ਵੀਜ਼ੇ ਕਿਵੇਂ ਪ੍ਰੋਸੈਸ ਹੋਣਗੇ, ਅਤੇ ਖਾਸ ਕਰਕੇ ਜਿਹੜੇ ਆਪਣੇ ਭਾਰਤੀ ਮੂਲ ਦੇ ਲੋਕ ਨੇ, ਜਿਹੜੇ ਖਾਸ ਕਰਕੇ ਪੰਜਾਬ ਵਾਲੇ ਨੇ, ਕਿਉਂਕਿ ਪੰਜਾਬੀਆਂ ਦੀ ਗਿਣਤੀ ਹਾਲੇ ਵੀ ਕੈਨੇਡਾ 'ਚ ਸਭ ਤੋਂ ਵੱਧ ਹੈ, ਜਿੰਨੇ ਵੀ ਇੰਡੀਆ 'ਚੋਂ ਨੇ, ਮਤਲਬ ਸਭ ਤੋਂ ਵੱਡੀ ਕਮਿਊਨਿਟੀ ਸਾਡੀ ਪੰਜਾਬੀਆਂ ਦੀ ਹੈ, ਅਤੇ ਪੰਜਾਬੀ ਬਹੁਤ ਆਮ ਤੌਰ 'ਤੇ ਤੁਸੀਂ ਕਹਿ ਲਓ ਵੀ ਹਰੇਕ ਬਜ਼ੁਰਗ ਜਿਹੜਾ ਉਹ ਇੱਥੋਂ ਨਵੰਬਰ ਮਹੀਨੇ 'ਚ ਰਹਿ ਜਾਂਦਾ ਅਤੇ ਮੁੜ ਕੇ ਮਾਰਚ ਅਪ੍ਰੈਲ ਤੱਕ ਉੱਥੇ ਪੰਜਾਬ 'ਚ ਰਹਿੰਦਾ। ਸੋ ਜਿਹੜੇ ਉਹਨਾਂ ਨੂੰ ਵੀਜ਼ੇ ਮਿਲਦੇ ਨੇ, ਉਹਨਾਂ ਨੇ ਵੀਜ਼ਾ ਲੈ ਕੇ ਜਾਣਾ, ਉਹਨਾਂ 'ਚੋਂ ਬਹੁਤੇ ਜ਼ਿਆਦਾ ਜਿਹੜੇ ਨੇ ਕੈਨੇਡਾ ਦੇ ਸਿਟੀਜ਼ਨ ਨੇ,
उन्होंने तकलीफ आएगी। हाँ जी वीडियो असी वेखी आ बीबीसी पंजाबी दी रिपोर्ट सी ते उन्होंने कहा कि आज ही मेरे ख्याल लेटेस्ट क्या कि इंडिया सरकार ने आ दिता है कि कैनेडियन चले जान अपने मुल्क वापस ते कैनेडा सरकार ने कह दिता कि जेडे भी इंडियन ने साढ़े इत्थे रहिंदे ओह वापस अपने देश चले जान। पर ये गल ज्यादती है कि वह जेडे पत्रकार है उन्होंने भी यही कहा कि साड़ी हालत वो औरत वग रही है कि जी ना पेकिया छड़ सकती है ना सहुरिया छड़ सकती है वह ना अपने देश में जिथे वह पैदा हुए है जिथे उन्होंने जड़ा ने जिथे उन्होंने बाओ अजदाद ने उन्होंने रिश्तेदार उन्होंने घर बार उन्होंने भी नहीं छड़ सकते तो जिथे वो काम करते हैं जिथे उन्होंने कर्म ने जिथे वो सैटल ने ना उन्होंने छड़ सकते हैं। ये है कि हुकूमत का फायदा वा दोनों साइड दियाँ तो पिसना किन्ने आम जनता ने तो पहले भी कुछ करके ना इंडिया तो कैनेडा के तलुकात आपस खराब रहे शांता सिख ना एक लीडर सी अच्छा हरदीप सिंह निजर सिख रहनुमा से उन्होंने ना वो कतल होया हाँ उ शहीद हो गए किसी ने मतलब उन्होंने डैथ हो गई सी उस तो बाद भी काफ़ी हालात खराब हो गए सी के कैनेडियन सरकार ने कहा सी जी इंडिया ने ही इन्हों मतलब शहीद करवाया वा पता नहीं काफ़ी मिसाइल रहे सी ते उस तो बाद भी इन्हों मोदी सरकार और कैनेडियन सरकार के दरम्यान ना तलुकात आपस उदों के भी थोड़े जे कशीद चल रहे। हाँ जी तो आते उन्होंने हूँ वक्री गल कर दी क्योंकि कैनेडा चे बहुत सारे अपने सिख वीरे ने अपने पंजाबी वीरे ने जो कैनेडा च आबाद ने बल्कि कैनेडा ना मिनी पंजाब छोटा पंजाब भी कहें कि इतने ज़्यादातर पंजाबी आबाद ने कि उत्थे लगता ही नहीं कि तुम पंजाब च आ गए हो कि कैनेडा चो तो आ जड़ा आ रहा वेलकम टू ओंटारियो। हाँ जी अपने चाचा जी इतने रेंदे ओंटारियो अच्छा इस शहर के रेंदे अच्छा तो बहरहाल अच्छी गल नहीं हैगी क्योंकि जो आबाद ने फिर एवं जो स्टूडेंट ने किमें जाएंगे उ वीजे लैके ना उ जा सकते हैं ना हायर एजुकेशन हासिल कर सकते हैं। कैनेडा का तो मैं कल भी अजे वेखन डी सी कि इमीग्रेशन वीज़ा तो फलां चीज़ ऑफर हायर एजुकेशन वास्ते ना ऑफर कर रहे वीज़ा वगैरह तो फिर हर कंट्री स्टूडेंट हक हासिल होना चाहिए कि उ जा सके। बहरहाल वधिया सी वीडियो तो इनफॉर्मेशन लेकिन यह है कि ये चीज़ नहीं होनी चाहिए ये आम जी आवाम है ना वो पिसेगी आम आवाम जी ना इधर आ सके ना उधर दे उधर जा सकन ये गल गलत है। हर इंसान इन्नी आज़ादी हासिल होनी चाहिए है कि वो दूसरे किसी मुल्क जिम्मे हम सू अस इंडिया नहीं जा सकते। हाँ जी एवं ही है ना सू बहुत देर बाद कोई इन्ने इन्ने वे यूट्यूबर ने कल वेख्या कि बरार भाई ने जो यूट्यूबर बाइकर ने कहते कि मेरा तीन दफ़ा मैं अप्लाई किया तो तीसरी दफ़ा मेरा वीज़ा रिजेक्ट होया फिर किसी दफा सॉरी प्रूव होया इंडिया वास्ते इंडिया वास्ते। चलो सही लगी वीडियो तुहानू किवें दी लगी कमेंट करके दसना तुसी साडे चैनल नू कर लो सबसक्राइब ते दुआवां च याद रखो रब रखा।